ਅੱਜ ਮੇਰੀ ਭੈਣ ਨੇ ਨਵਾਂ ਸਿਆਵਾ ਪਾਇਆ ਸੀ ਕਿ ਨਵਾਂ ਸਾਲ ਸ਼ੁਰੂ ਹੋਣ ਲੱਗਾ ਤਾਂ ਸਾਨੂੰ ਕੁਝ ਚੰਗਾ ਬਣਾ ਕੇ ਖਵਾਓ ਤਾਂ ਫਿਰ ਅਸੀਂ ਸੋਚਿਆ ਕਿ ਫਰਾਈਡ ਰਾਈਸ ਤੇ ਮਨਚੂਰੀਅਨ ਬਣਾ ਲੈ ਲੇ ਲੇਕਿਨ ਸਹੀ ਕਿਸੇ ਨੇ ਕਿਹਾ ਕਿ ਬਾਂਦਰ ਹੱਥ ਮਾਚਾ ਸਾਈ ਅਸੀਂ ਪੂਰੇ ਜੰਗਲ ਨੂੰ ਅੱਗ ਲਾ ਬੈਂਦਾ ਇਹਦੇ ਕਹਿਣ ਤੇ ਫਰਾਈਡ ਰਾਈਸ ਤੇ ਮਨਚੂਰੀਅਨ ਬਣਾ ਤੇ ਬੈਠੇ ਲੇਕਿਨ ਉਹਨੂੰ ਖਾਣਾ ਫੇਰਨਾ ਹੈ ਤੇ ਦਾਲ ਚਾਵਲ ਵਾਂਗੂ ਪੱਪਾ ਬਣਾ ਕੇ ਖਾਣ ਬੈ ਗਈ ਮੈਨੂੰ ਕਿਹਾ ਨਹੀਂ ਆਇਆ ਕੀ ਕਰਨੀ ਪਈ ਤੇ ਕਹਿੰਦੀ ਇਹ ਤਾਂ ਸ਼ੋਰਾ ਹੈਗਾ ਸੀ ਤੇ ਚਾਵਲਾਂ ਦੇ ਉੱਤੇ ਪਾ ਕੇ ਨਹੀਂ ਖਾਣਾ ਸੀ ਤੇ ਮੇਰਾ ਦਿਲ ਕਰੇ ਉਸ ਟਾਈਮ ਪਿੱਟਣ ਲੱਗ ਪਾ ਕਿ ਇਹਨੇ ਕੀ ਹਰਕਤ ਕੀਤੀ ਹੈ ਫਿਰ ਅਸੀਂ ਸੋਚਿਆ ਕਿ ਹੁਣ ਖਾ ਪੀ ਤੇ ਲਿਤੇ ਹੁਣ ਬਾਹਰੋਂ ਤੁਰ ਫਿਰ ਆਨੇ ਤੇ ਵਾ ਬਦਲੀ ਕਰ ਆਨੇ ਤੇ ਨਾਲ ਨਵੇਂ ਸਾਲ ਦੀਆਂ ਛੁੱਟੀਆਂ ਵੇਖ ਆਨੇ ਆ ਬਾਹਰ ਇੰਨੀਆਂ ਮੋਟਰਸਾਈਕਲਾਂ ਵੇਖ ਕੇ ਮੇਰੇ ਤੇ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ ਐ ਤੇ ਸਾਰੀ ਆਵਾਮ ਹੀ ਨਿਊ ਈਅਰ ਵੇਖਣ ਨਿਕਲੀ ਸੀ ਫਿਰ ਅੱਜ ਅਸੀਂ ਸਾਰਿਆਂ ਨੇ ਮਿਲ ਕੇ ਪਲਾਨ ਬਣਾਇਆ ਕਿ ਅੱਜ ਅਸੀਂ ਆਪਣੀ ਭੈਣ ਨੂੰ ਲੁੱਟਾਂਗੇ ਕਿਉਂਕਿ ਇਹਦੀ ਪੇ ਆਈ ਤੇ ਅਸੀਂ ਕਿਹਾ ਕਿ ਚੱਲ ਹੁਣ ਸਾਰਿਆਂ ਨੂੰ ਸਾਨੂੰ ਸ਼ਾਪਿੰਗ ਕਰਾ ਤੂੰ ਆਪਣੀ ਵਾਰੀ ਤੇ ਬੜਾ ਖਾਣੀ ਐ ਇਹਦਾ ਵਾਲਟ ਖਾਲੀ ਕਰਨ ਤੋਂ ਬਾਅਦ ਅਸੀਂ ਵੇਖਿਆ ਕਿ ਹਈਏ ਤੇ ਕੋਈ ਵੀ ਛੁੱਟੀਆਂ ਨਹੀਂ ਚੱਲਦੀਆਂ ਪਈਆਂ ਕਿਉਂਕਿ ਹਈਏ 12 ਨਹੀਂ ਵਜੇ ਲੇਕਿਨ ਸਾਨੂੰ ਚੱਲਦੀਆਂ ਫਿਰਦੀਆਂ ਛੁੱਟੀਆਂ ਬੜੀਆਂ ਨਜ਼ਰ ਆਈਆਂ ਤੇ ਮਿਲਨੇ ਆਪਾਂ ਫਿਰ ਨੈਕਸਟ ਵਲੌਗ ਦੇ ਵਿੱਚ ਅੱਲਾ ਹਾਫਿਜ਼।